ਰੇ ਅੱਡਾ 247 ਪਰ ਤਿਆਰੀ ਅੱਡਾ 247 ਇੰਡੀਆਜ਼ ਨੰਬਰ 1 ਗਵਰਨਮੈਂਟ ਜੌਬ ਪ੍ਰੈਪਰੇਸ਼ਨ ਐਪ ਸਸੀ ਗਾਲ ਜੀ ਸਵਾਗਤ ਹੈ ਤੁਹਾਡਾ ਸਾਰਾ ਦਾ ਪੰਜਾਬ ਅੱਡਾ 247 ਤੇ ਮੇਰਾ ਨਾਮ ਹੈ ਰੋਹਿਤ ਤੇ ਅੱਜ ਆਪਾਂ ਕਰਾਂਗੇ ਨੋਬਲ ਪ੍ਰਾਈਜ਼ ਕੀ ਹੈ ਇਹਦੇ ਫੈਕਟਸ ਬਾਰੇ ਜਾਣਾਂਗੇ ਠੀਕ ਹੈ ਕਲੀਅਰ ਹੈ ਜੀ ਤਾਂ ਦੇਖੋ ਨੋਬਲ ਪ੍ਰਾਈਜ਼ ਐਲਫਰੈਡ ਨੋਬਲ ਐਲਫਰੈਡ ਨੋਬਲ ਐਲਫਰੈਡ ਨੋਬਲ ਜਿਸ ਨੇ ਡਾਇਨਾਮਾਈਟ ਦੀ ਕੀ ਕੀਤੀ ਸੀ ਖੋਜ ਕੀਤੀ ਸੀ ਇਨਵੈਂਸ਼ਨ ਕੀਤੀ ਸੀ ਠੀਕ ਹੈ ਡਾਇਨਾਮਾਈਟ ਯਾਨੀ ਕਿ ਦੇਖੋ ਕੀ ਸੀਗਾ ਬੰਦੇ ਨੇ ਆਪਦੇ ਹਿਸਾਬ ਨਾਲ ਤਾਂ ਬਹੁਤ ਵਧੀਆ ਖੋਜ ਕੀਤੀ ਸੀ ਕਿਉਂ ਕਿ ਕਿਉਂਕਿ ਉਹਦੇ ਨਾਲ ਕੀ ਫਾਇਦਾ ਫਾਇਦਾ ਹੋਇਆ ਫਾਇਦਾ ਇਹ ਹੋਇਆ ਕਿ ਜਦੋਂ ਰਸਤਾ ਬਣਾਇਆ ਜਾਂਦਾ ਸੀ ਤਾਂ ਵੱਡੇ ਵੱਡੇ ਪਹਾੜਾ ਨੂੰ ਤੋੜਨਾ ਬਹੁਤ ਮੁਸ਼ਕਿਲ ਸੀ ਬਹੁਤ ਮੁਸ਼ਕਿਲ ਸੀ ਉਹਨਾਂ ਪਹਾੜਾਂ ਨੂੰ ਥੋੜੇ ਸਮੇਂ ਦੇ ਵਿੱਚ ਹੀ ਥੋੜੇ ਸਮੇਂ ਦੇ ਵਿੱਚ ਹੀ ਰਸਤੇ ਤੋਂ ਹਟਾ ਦਿੱਤਾ ਜਾਂਦਾ ਸੀ ਕਿਸ ਤਰੀਕੇ ਦੇ ਨਾਲ ਡਾਇਨਾਮਾਈਟ ਦੀ ਖੋਜ ਨਾਲ ਇਹ ਬਹੁਤ ਘੱਟ ਆਸਾਨ ਹੋ ਗਿਆ ਠੀਕ ਹੈ ਸੁਰੰਗਾ ਪਟਨੀਆਂ ਬਹੁਤ ਆਸਾਨ ਹੋ ਗਿਆ ਐਲਫ੍ਰੈਡ ਨੋਬਲ ਜੋ ਕਿ ਸਵੀਡਨ ਦੇ ਸੀਗੇ ਠੀਕ ਹੈ ਇਹਨਾਂ ਨੇ ਇਹ ਇਨਵੈਂਸ਼ਨ ਕੀਤੀ ਸੀ ਖੋਜ ਕੀਤੀ ਸੀ ਜੋ ਕਿ ਜੋ ਕਿ ਦਿਨਾਂ ਦੇ ਵਿੱਚ ਇਹ ਉਹ ਬੰਦਾ ਕੀ ਸੀ ਮਸ਼ਹੂਰ ਹੋ ਗਿਆ ਸੀ ਹਨਾ ਲੇਕਿਨ 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 ਤੈਨੂੰ ਪਤਾ ਹੀ ਹੈ ਹਰ ਚੀਜ਼ ਚੰਗੇ ਦੇ ਲਈ ਬਣਦੀ ਹੈ ਲੇਕਿਨ ਲੋਕ ਕੀ ਕਰਦੇ ਆ ਔਰ ਸੁਨੋ ਜਿਹੜਾ ਕਿ ਆ ਮਾੜੇ ਵਾਲੇ ਪਾਸੇ ਵੀ ਲਗਾਣਾ ਸ਼ੁਰੂ ਕਰ ਦਿੰਦੇ ਆ ਤਾਂ ਹੁਣ ਤੁਹਾਨੂੰ ਪਤਾ ਹੀ ਹੈ ਡਾਇਨਾਮਾਈਟ ਬੰਬ ਵਗੈਰਾ ਕਿੱਥੇ ਯੂਜ਼ ਹੋ ਰਿਹਾ ਹਨ ਵਾਰ ਦੇ ਵਿੱਚ ਯੂਜ਼ ਹੋ ਰਿਹਾ ਤਾਂ ਉਹਦੇ ਜਿੰਦੇ ਜੀ ਹੀ ਜਿੰਦੇ ਜੀ ਹੀ ਜਦੋਂ ਉਸ ਚੀਜ਼ ਦਾ ਹਨਾ ਉਹਦੀ ਇਨਵੈਂਸ਼ਨ ਦਾ ਜਦੋਂ ਗਲਤ ਇਸਤੇਮਾਲ ਹੋਇਆ ਤਾਂ ਉਸ ਦੀ ਸਾਰੇ ਪਾਸੇ ਆਲੋਚਨਾ ਹੋਈ ਹਨਾ ਉਸ ਦੀ ਸਾਰੇ ਪਾਸੇ ਆਲੋਚਨਾ ਹੋਈ ਲੋਕ ਉਹਨੂੰ ਕ੍ਰਿਟੀਸਾਈਜ਼ ਕਰਨ ਲੱਗੇ ਜੋ ਕਿ ਉਹ ਸਹਿਣ ਨਹੀਂ ਕਰ ਸਕਿਆ ਇਸ ਕਰਕੇ ਜੋ ਵੀ ਉਹਨੇ ਪੈਸਾ ਕਮਾਇਆ ਸੀ ਉਹ ਸਾਰਾ ਪੈਸਾ ਇੱਕ ਵਸੀਅਤ ਦੇ ਵਿੱਚ ਲਾਤਾ ਸੀ ਠੀਕ ਹੈ ਉਸ ਵਸੀਅਤ ਦੇ ਅਨੁਸਾਰ ਇਹ ਸੀ ਕਿ ਜੋ ਕਿ ਉਹਦੇ ਨਾਮ ਦੇ ਨਾਮ ਨਾਲ ਰੱਖੀ ਹੈ ਨੋਬਲ ਪ੍ਰਾਈਜ਼ ਵੰਡਨੇ ਸ਼ੁਰੂ ਹੋ ਗਏ ਠੀਕ ਹੈ 1901 ਦੇ ਵਿੱਚ ਜਿਹੜਾ ਕੀ ਹੈ ਉਹਦੀ ਜਿਹੜੀ ਕੀ ਹੈ 5ਵੀਂ ਜਿਹੜੀ ਡੈਥ ਐਨੀਵਰਸਰੀ ਦੇ ਉੱਤੇ ਠੀਕ ਹੈ 10 ਦਸੰਬਰ ਨੂੰ 1901 ਨੂੰ ਜਿਹੜਾ ਕੀ ਹੈ ਨੋਬਲ ਪ੍ਰਾਈਜ਼ ਫਰਸਟ ਜਿਹੜਾ ਉਹ ਦਿੱਤਾ ਗਿਆ ਕਲੀਅਰ ਹੈ ਜੀ ਇਹ ਸੀ ਥੋੜੀ ਜੀ ਹਿਸਟਰੀ ਲੇਕਿਨ ਹੁਣ ਆਪਾਂ ਥੋੜੇ ਜੀ ਨੋਬਲ ਪ੍ਰਾਈਜ਼ ਬਾਰੇ ਹੋਰ ਫੈਕਟਸ ਜਿਹੜੇ ਹੈਗੇ ਆ ਉਹ ਜਾਣਾਂਗੇ ਕਲੀਅਰ ਠੀਕ ਹੈ ਜੀ ਹਾਲਾਂਕਿ ਉਹਦਾ ਬ੍ਰਦਰ ਜਿਹੜਾ ਆਪਦਾ ਬ੍ਰਦਰ ਉਹ ਵੀ ਡਾਇਨਾਮਾਈਟ ਦੀ ਲਪੇਟ ਦੇ ਵਿੱਚ ਆ ਕੇ ਬੰਬ ਧਮਾਕੇ ਦੇ ਵਿੱਚ ਉਹਦੀ ਵੀ ਡੈਥ ਹੋ ਗਈ ਸੀ ਉਹਨੂੰ ਇਸ ਗੱਲ ਦਾ ਵੀ ਬੜਾ ਦੁੱਖ ਸੀ ਹੁਣ ਆਪਾਂ ਗੱਲ ਕਰਦੇ ਆ ਏਸੀ ਥੋੜੀ ਜੀ ਹਿਸਟਰੀ ਹੁਣ ਆਪਾਂ ਤੁਹਾਡੇ ਫੈਕਟਸ ਜਾਣਦੇ ਆ ਉਹ ਕੀ ਹੈ ਉਹ ਫੈਕਟਸ ਏ ਹੈ ਜੇ ਕਿ ਫਰਸਟ ਜਿਹੜੀ ਡਿਸਟ੍ਰਿਬਿਊਸ਼ਨ ਸੀਗੀ ਪ੍ਰਾਈਜ਼ਸ ਦੀ ਟੁਕ ਪਲੇਸ ਔਨ ਡਿਸੰਬਰ 10 1901 ਯਾਨੀ ਕਿ 1901 ਦੇ ਵਿੱਚ ਉਹਦੀ ਦੈਟ ਐਨੀਵਰਸਰੀ ਤੇ 10 ਦਸੰਬਰ ਨੂੰ ਦਿੱਤਾ ਗਿਆ ਸੀ ਠੀਕ ਹੈ ਤੇ ਇਹ ਪ੍ਰਾਈਜ਼ ਜਿਹੜਾ 10 ਦਸੰਬਰ ਨੂੰ ਹੀ ਦਿੱਤਾ ਜਾਂਦਾ ਠੀਕ ਹੈ ਕਲੀਅਰ ਹੈ ਹਿਊਮਨ ਰਾਈਟਸ ਡੇ ਵੀ ਹੁੰਦਾ ਹੈ 10 ਦਸੰਬਰ ਨੂੰ ਅਗਰ 10 ਦਸੰਬਰ ਦੀ ਗੱਲ ਕਰੀਏ ਤਾਂ ਹਿਊਮਨ ਰਾਈਟਸ ਡੇ ਵੀ ਹੁੰਦਾ ਹੈ ਠੀਕ ਹੈ ਹਾਂਜੀ ਕਿਹੜੀ ਕਿਹੜੀ ਫੀਲਡ ਹੈ ਜਿਹਦੇ ਵਿੱਚ ਇਹ ਨੋਬਲ ਪ੍ਰਾਈਜ਼ ਦਿੱਤਾ ਜਾਂਦਾ ਉਹ ਹੈ ਜੀ ਫਿਜ਼ਿਕਸ కెਮਿਸਟਰੀ ਫਿਜ਼ੀਓਲੋਜੀ ਜਾਂ ਮੈਡੀਸਿਨ ਲਿਟਰੇਚਰ ਠੀਕ ਹੈ ਪੀਸ ਸ਼ਾਂਤੀ ਦੇ ਵਿੱਚ ਐਂਡ ਇਕਨੋਮਿਕਸ ਇਹ 6 ਫੀਲਡ ਦੇ ਵਿੱਚ ਜਿਹੜਾ ਕੀ ਹੈ ਦਿੱਤਾ ਜਾਂਦਾ ਹੈ ਪ੍ਰਾਈਜ਼ ਨੋਬਲ ਪ੍ਰਾਈਜ਼ ਲੇਕਿਨ ਸਟਾਰਟਿੰਗ ਦੇ ਵਿੱਚ ਸਿਰਫ ਪੰਜ ਫੀਲਡ ਦੇ ਵਿੱਚ ਹੀ ਦਿੱਤਾ ਜਾਂਦਾ ਸੀ 1969 ਦੇ ਵਿੱਚ ਜਿਹੜਾ ਕੀ ਹੈ ਇਕਨੋਮਿਕਸ ਵਾਲਾ ਜਿਹੜਾ ਕੀ ਹੈ ਇਹ ਸਟਾਰਟ ਕੀਤਾ ਸੀ ਇਕਨੋਮਿਕਸ ਫੀਲਡ ਦੇ ਵਿੱਚ ਨੋਬਲ ਪ੍ਰਾਈਜ਼ ਦੇਣਾ ਕਲੀਅਰ ਹੈ ਸਮਝ ਆਈ ਇਹਨੀ ਗੱਲ ਦੀ ਉਸ ਤੋਂ ਬਾਅਦ ਹੈ ਜੀ ਉਸ ਤੋਂ ਬਾਅਦ ਹੈ ਅੱਛਾ ਹੁਣ ਇਹ ਯਾਦ ਰੱਖਣਾ ਵੀ ਇਹ ਜਿਹੜੇ ਪ੍ਰਾਈਜ਼ ਹੈ ਕਿ ਕੌਣ-ਕੌਣ ਡਿਸਟ੍ਰਿਬਿਊਟ ਕਰਦਾ ਠੀਕ ਹੈ ਕਿਧਰੋਂ ਕਿੱਥੋਂ ਦਿੱਤੇ ਜਾਂਦੇ ਤਾਂ ਫ੍ਰੋਮ ਸਟਾਕਹੋਮ ਦੀ ਅਗਰ ਗੱਲ ਕਰੀਏ ਰਾਇਲ ਸਵੀਡਿਸ਼ ਅਕੈਡਮੀ ਆਫ ਸਾਇੰਸ ਕਨਫਰਸ ਦਾ ਪ੍ਰਾਈਜ਼ ਇਸ ਫਾਰ ਫਿਜ਼ਿਕਸ ਦੇ ਲਈ ਦਿੰਦੀ ਹੈ ਇਹ ਕੈਮਿਸਟਰੀ ਦੇ ਲਈ ਤੇ ਇਕਨੋਮਿਕਸ ਦੇ ਲਈ ਕੌਣ ਰਾਇਲ ਸਵੀਡਿਸ਼ ਅਕੈਡਮੀ ਤਾਂ ਰਾਇਲ ਸਵੀਡਿਸ਼ ਅਕੈਡਮੀ ਜੋ ਹੈ ਇਹ ਪ੍ਰਾਈਜ਼ ਦਿੰਦੀ ਆ ਫਿਜ਼ਿਕਸ ਦੇ ਵਿੱਚ ਕੈਮਿਸਟਰੀ ਦੇ ਵਿੱਚ ਤੇ ਇਕਨੋਮਿਕਸ ਦੇ ਵਿੱਚ ਕਲੀਅਰ ਇਹ ਯਾਦ ਰੱਖਣਾ ਹੈ ਬਹੁਤ ਇੰਪੋਰਟੈਂਟ ਕੁਐਸਚਨ ਪੇਪਰ ਦੇ ਵਿੱਚ ਆ ਜਾਂਦਾ ਹੈ ਕਲੀਅਰ ਹੈ ਉਸ ਤੋਂ ਬਾਅਦ ਹੈ ਕੈਰੋਲਿੰਸਕਾ ਠੀਕ ਹੈ ਕੈਰੋਲਿੰਸਕਾ ਜਿਹੜਾ ਇੰਸਟੀਚਿਊਟ ਹੈ ਉਹ ਕਿਸ ਫੀਲਡ ਦੇ ਵਿੱਚ ਪ੍ਰਾਈਜ਼ ਦਿੰਦੀ ਹੈ ਇਹ ਦਿੰਦੀ ਹੈ ਫਿਜ਼ੀਓਲੋਜੀ ਜਾਂ ਫਿਰ ਮੈਡੀਸਿਨ ਫੀਲਡ ਦੇ ਵਿੱਚ ਪ੍ਰਾਈਜ਼ ਦਿੰਦੀ ਹੈ ਠੀਕ ਹੈ ਉਸ ਤੋਂ ਬਾਅਦ ਅਗਰ ਗੱਲ ਕਰੀਏ 스ਵੇਡਿਸ਼ ਅਕੈਡਮੀ ਇਹ ਜਿਹੜੀ ਹੈਗੀ ਹੈ ਲਿਟਰੇਚਰ ਦੇ ਵਿੱਚ ਜਿਹੜੀ ਕੀ ਹੈ ਪ੍ਰਾਈਜ਼ ਦਿੰਦੀ ਹੈ ਨੋਬਲ ਪ੍ਰਾਈਜ਼ ਤੇ ਜਿਹੜੀ ਨਾਰਵੇਨ ਜਿਹੜੀ ਨੋਬਲ ਕਮੇਟੀ ਹੈ ਉਹ ਦਿੰਦੀ ਹੈ ਸ਼ਾਂਤੀ ਦੇ ਲਈ ਪੀਸ ਦੇ ਲਈ ਠੀਕ ਹੈ ਤਾਂ ਇਹ ਬਹੁਤ ਇੰਪੋਰਟੈਂਟ ਕੁਐਸਚਨਸ ਹੈ ਇਹਨਾਂ ਨੂੰ ਯਾਦ ਕਰ ਲਿਓ ਠੀਕ ਹੈ ਕਲੀਅਰ ਹੈ ਜੀ ਬਹੁਤ ਇੰਪੋਰਟੈਂਟ ਹੈ ਉਸ ਤੋਂ ਬਾਅਦ ਉਸ ਤੋਂ ਬਾਅਦ ਬਹੁਤ ਹੀ ਇੰਟਰਸਟਿੰਗ ਫੈਕਟਸ ਹੋਰ ਉਹ ਕਿਹੜੇ-ਕਿਹੜੇ ਆ ਦੇਖੋ ਅਗਰ ਯੰਗੇਸਟ ਦੀ ਗੱਲ ਕਰੀਏ ਤਾਂ ਮਲਾਲਾ ਯੂਸਫzai ਨੂੰ 17 ਸਾਲ ਦੀ ਉਮਰ ਦੇ ਵਿੱਚ ਪੀਸ ਪ੍ਰਾਈਜ਼ 2004 ਸੋਰੀ 2014 ਦੇ ਵਿੱਚ ਜਿਹੜਾ ਇਹ ਪ੍ਰਾਈਜ਼ ਮਿਲਿਆ ਸੀ ਠੀਕ ਹੈ ਔਰ ਅਗਰ 올ਡੇਸਟ ਨੋਬਲ ਲਿਟਰੇਚਰ ਦੀ ਗੱਲ ਕਰੀਏ ਤਾਂ ਉਹ ਕੌਣ ਸੀ ਉਹ ਸੀਗਾ ਲਿਓਨਿਟ ਹਰਕਿਸ ਠੀਕ ਹੈ 90 ਸਾਲ ਦੀ ਉਮਰ ਦੇ ਵਿੱਚ ਇਕਨੋਮਿਕ ਸਾਇੰਸ ਠੀਕ ਹੈ ਦੇ ਵਿੱਚ ਮਿਲਿਆ ਸੀ 2 2000 ਜਿਹੜਾ ਕੀ ਹੈ 17 ਦੇ ਵਿੱਚ ਠੀਕ ਹੈ ਕਲੀਅਰ ਹੈ ਸਮਝ ਆਇਆ ਇਹ ਸੀਗੇ 올ਡੇਸਟ ਤੇ ਯੰਗੇਸਟ ਹੁਣ ਗੱਲ ਕਰਦੇ ਆ ਬਹੁਤ ਹੀ ਇੰਟਰਸਟਿੰਗ ਹੋਰ ਵੀ ਉਹ ਕੀ ਹੈ ਫੈਮਿਲੀ ਨੋਬਲ ਲੂਰੀਟਸ ਜਿਹੜੇ ਸੀਗੇ ਯਾਨੀ ਕਿ ਇੱਕੋ ਫੈਮਿਲੀ 'ਚ ਜਿਨ੍ਹਾਂ ਨੂੰ ਨੋਬਲ ਪ੍ਰਾਈਜ਼ ਮਿਲਿਆ ਹੋਇਆ ਤਾਂ ਇੱਕੋ ਫੈਮਿਲੀ ਦੇ ਵਿੱਚ ਜਿਹੜੇ ਮੈਰਿਡ ਕਪਲਸ ਐ ਯਾਨੀ ਕਿ ਪਤੀ ਪਤਨੀ ਜੋ ਸੀ ਉਹ ਕੌਣ-ਕੌਣ ਹੈ ਜਿਨ੍ਹਾਂ ਨੂੰ ਪਤੀ ਨੂੰ ਵੀ ਨੋਬਲ ਪ੍ਰਾਈਜ਼ ਮਿਲਿਆ ਹੈ ਤੇ ਪਤਨੀ ਨੂੰ ਵੀ ਨੋਬਲ ਪ੍ਰਾਈਜ਼ ਪ੍ਰਾਈਜ਼ ਮਿਲਿਆ ਹੋਇਆ ਹੈ ਠੀਕ ਹੈ ਤਾਂ ਮੈਰੀ ਕਿਊਰੀ ਵੈਰੀ ਵੈਰੀ ਇੰਪੋਰਟੈਂਟ ਇਹ ਨੋਬਲ ਪ੍ਰਾਈਜ਼ ਫੈਮਿਲੀ ਦੇ ਤੌਰ ਤੇ ਜਾਣਿਆ ਜਾਣ ਵਾਲਾ ਜਿਹੜਾ ਕੀ ਹੈ ਫੈਮਿਲੀ ਜਿਹੜੀ ਹੈ ਨੋਬਲ ਫੈਮਿਲੀ ਬੋਲਦੇ ਇਸ ਨੂੰ ਠੀਕ ਹੈ ਐਸਾ ਸਭ ਨੋਬਲ ਫੈਮਿਲੀ ਲੇਕਿਨ ਇਹ ਨੋਬਲ ਫੈਮਿਲੀ ਕਿਉਂ ਬੋਲਦੇ ਨੋਬਲ ਪ੍ਰਾਈਜ਼ ਫੈਮਿਲੀ ਬੋਲਦੇ ਹੈ ਮੈਰੀ ਕਿਊਰੀ ਐਂਡ ਪੈਰੀ ਕਿਊਰੀ ਠੀਕ ਹੈ ਦੋਨੋਂ ਹਸਬੰਡ ਵਾਈਫ ਸੀਗੇ ਠੀਕ ਹੈ ਉਸ ਤੋਂ ਬਾਅਦ ਐਰੀਨ ਜੁਲੀਅਟ ਕਿਊ ਐਂਡ ਫਰੇਡਰਿਕ ਜੂਲੀਅਟ ਤਾਂ ਜਿਹੜੀ ਇਹ ਕਿਊਰੀ ਹੈ ਜੂਲੀਅਟ ਕਿਊਰੀ ਇਹ ਇਹਨਾਂ ਦੀ ਕੀ ਸੀ ਲੜਕੀ ਸੀ ਠੀਕ ਹੈ ਕਲੀਅਰ ਇੱਕੋ ਪਰਿਵਾਰ ਦੇ ਵਿੱਚ ਤਿੰਨ ਤਿੰਨ ਨੋਬਲ ਪ੍ਰਾਈਜ਼ ਹਨ ਉਸ ਤੋਂ ਬਾਅਦ ਜੇ ਅਗਰ ਗੱਲ ਕਰੀਏ ਗੈਟਿਕ ਕੌਰੀ ਤੇ ਕਾਲਕੌਰੀ ਦੀ ਇਹਨਾਂ ਨੂੰ ਇਹ ਦੋਨੋਂ ਹਸਬੈਂਡ ਵਾਈਫ ਹੈ ਤੇ ਮੇ ਬ੍ਰਿਟ ਮੋਸਰ ਤੇ ਐਡਵਰਡ ਆਈ ਮੋਸਰ ਇਹ ਦੋਨੋਂ ਪਤੀ ਪਤਨੀ ਹੈ ਤੇ ਅਲਵਾ ਮੈਡਲ ਐਂਡ ਗੁਨਰ ਮੈਡਲ ਇਹ ਦੋਨੋਂ ਹਸਬੰਡ ਵਾਈਫ ਹੈ ਕਲੀਅਰ ਹੈ ਜੀ ਤਾਂ ਇਹਨਾਂ ਨੂੰ ਪ੍ਰਾਈਜ਼ ਜਿਹੜਾ ਕਿ ਇਹ ਫੈਮਿਲੀ ਦੇ ਅਕੋਰਡਿੰਗ ਅਗਰ ਗੱਲ ਕਰੀਏ ਤਾਂ ਇਹ ਹੈ ਮੈਰਿਡ ਕਪਲਸ ਠੀਕ ਹੈ ਜਿਨ੍ਹਾਂ ਨੂੰ ਪ੍ਰਾਈਜ਼ ਮਿਲਿਆ ਜਿਨ੍ਹਾਂ ਦੇ ਜਿਹੜੇ ਕਿ ਆਪਸ ਵਿੱਚ ਕੀ ਰਿਲੇਸ਼ਨ ਹੈ ਇਹਨਾਂ ਦਾ ਹਸਬੰਡ ਵਾਈਫ ਦਾ ਰਿਲੇਸ਼ਨ ਹੈ ਕਲੀਅਰ ਹੈ ਵੈਰੀ ਗੁੱਡ ਵੈਰੀ ਗੁੱਡ ਗੁੱਡ ਈਵਨਿੰਗ ਜੀ ਗੁੱਡ ਈਵਨਿੰਗ ਉਸ ਤੋਂ ਬਾਅਦ ਹੈ ਜੀ ਮਦਰ ਐਂਡ ਡਾਟਰ ਤਾਂ ਮੈਰੀ ਕਿਊਰੀ ਮੈਰੀ ਕਿਊਰੀ ਦੀ ਲੜਕੀ ਸੀ ਐਰਿੰਜੋਲੀਅਟ ਕਿਊਰੀ ਠੀਕ ਹੈ ਤਾਂ ਮਦਰ ਤੇ ਡਾਟਰ ਦੇ ਅਕੋਰਡਿੰਗ ਦੇਖੀਏ ਤਾਂ ਆਹ ਵਾਲਾ ਕੰਬੀਨੇਸ਼ਨ ਬੰਦਾ ਅਗਰ ਫਾਦਰ ਤੇ ਡਾਟਰ ਦੇ ਅਕੋਰਡਿੰਗ ਦੇ ਆਵਲਾ ਕੰਬੀਨੇਸ਼ਨ ਕੰਬੀਨੇਸ਼ਨ ਬਣਦਾ ਠੀਕ ਹੈ ਕੁੱਲ ਮਲਾ ਕੇ ਇਹ ਸਾਰੇ ਕੋਈ ਸਿੱ ਇੱਕੋ ਹੀ ਫੈਮਿਲੀ ਦੇ ਸੀ ਠੀਕ ਹੈ ਜੀ ਇੱਕੋ ਹੀ ਫੈਮਿਲੀ ਦੇ ਸੀ ਕੁੱਲ ਮਲਾ ਕੇ ਇਹ ਸਾਰੇ ਇੱਕੋ ਹੀ ਫੈਮਿਲੀ ਦੇ ਸੀ ਠੀਕ ਹੈ ਜੀ ਉਸ ਤੋਂ ਬਾਅਦ ਹੁਣ ਉਹ ਬ੍ਰਦਰਸ ਦੋ ਬ੍ਰਦਰਸ ਠੀਕ ਹੈ ਜਾਨ ਟਿਨ ਬਾਈ ਟਿਨ ਵਰਜ਼ਨ ਤੇ ਜਿਹੜਾ ਸੀਗਾ ਨਿਕੋਲਸ ਟਿਨ ਬਰਜਨ ਇਹਨਾਂ ਦੋਨੋਂ ਕੀ ਸੀ ਦੋਨੋਂ ਆਪਸ ਵਿੱਚ ਬ੍ਰਦਰ ਸੀ ਜਿਨ੍ਹਾਂ ਨੂੰ ਨੋਬਲ ਪ੍ਰਾਈਜ਼ ਮਿਲਿਆ ਸੀ ਕਈ ਵਾਰੀ ਜੋੜੀਆਂ ਦੇ ਰੂਪ ਤੇ ਪੁੱਛ ਲੈਂਦੇ ਦੋਨੋਂ ਕੀ ਹੈ ਬ੍ਰਦਰਸ ਹੈ ਠੀਕ ਹੈ ਉਸ ਤੋਂ ਬਾਅਦ ਗੱਲ ਕਰੀਏ ਫਾਦਰ ਐਂਡ ਸਨ ਇਹ ਕੁਝ ਜ਼ਿਆਦਾ ਹੈ ਠੀਕ ਹੈ ਪਿਓ ਪੁੱਤ ਦੋਨਾਂ ਨੂੰ ਹੀ ਨੋਬਲ ਪ੍ਰਾਈਜ਼ ਮਿਲਿਆ ਹੋਇਆ ਇਹ ਥੋੜੀ ਜਿਹੀ ਜ਼ਿਆਦਾ ਹੈ ਵਿਲੀਅਮ ਬਰਕਟ ਐਂਡ ਲਾਰੈਂਸ ਜਿਹੜਾ ਬਰਕ ਸੀਗਾ ਤੇ ਨੀਅਲਜ਼ ਬੋਹਰ ਤੇ ਐਜ ਐਂਡ ਬੋਹਰ ਇਹ ਦੋਨ ਇਹ ਕੀ ਹੈ ਫਾਦਰ ਤੇ ਸਨ ਯਾਨੀ ਕਿ ਪੁੱਤਰ ਤੇ ਪਿਤਾ ਪਿਤਾ ਪੁੱਤਰ ਠੀਕ ਹੈ ਕਲੀਅਰ ਉਸ ਤੋਂ ਬਾਅਦ ਹੈ ਹੰਸ ਵਨ ਏਰlier ਤੇ ਐਲਪਿਨ ਠੀਕ ਹੈ ਤੇ ਐਂਡ ਉਲਫ ਵਨ ਏਰlier ਇਹ ਦੋਨੋਂ ਕੀ ਸੀਗੇ ਆਪਸ ਦੇ ਵਿੱਚ ਫਾਦਰ ਤੇ ਸੰ ਸੀਗੇ ਠੀਕ ਹੈ ਉਸ ਤੋਂ ਬਾਅਦ ਹੈ ਜੀ ਆਰਥਰ ਕੌਰਨਬਰਗ ਤੇ ਰੋਜ਼ਰ ਡੀ ਕੌਰਨਬਰਗ ਠੀਕ ਹੈ ਉਸ ਤੋਂ ਬਾਅਦ ਹੈ ਮੇਨ ਸੇਗਬਨ ਕੇਈ ਤੇ ਐਮ ਸੇਗਬਨ ਇਹ ਦੋਨੋਂ ਕੀ ਸੀਗੇ ਇਹ ਦੋਨੋਂ ਜਿਹੜੇ ਸੀਗੇ ਫਾਦਰ ਤੇ ਸੰ ਸੀਦੇ ਲਾਸਟ ਕੌਣ ਹੈ ਜੇ ਜੇ ਥਾਮਸਨ ਐਂਡ ਜਾਰਜ ਪੈਗੇਟ ਥੌਮਸਨ ਠੀਕ ਹੈ ਇਹ ਸੀਗੇ ਫਾਦਰ ਤੇ ਸਨ ਕਲੀਅਰ ਹੈ ਸਮਝ ਆਇਆ ਇੱਥੋਂ ਤੱਕ ਇੱਥੋਂ ਵੀ ਕਈ ਵਾਰ ਕੁਐਸਚਨ ਜਿਹੜੇ ਆ ਬਣ ਕੇ ਆ ਜਾਂਦੇ ਆ ਰਾਈਟ ਉਸ ਤੋਂ ਬਾਅਦ ਅਗਰ ਗੱਲ ਕਰੀਏ ਇੰਡੀਅਨ ਐਂਡ ਇੰਡੀਅਨ অর ਰੀਜ਼ਨ ਨੋਬਲ ਲਿਓਰੇਟਸ ਠੀਕ ਹੈ ਰਵਿੰਦਰ ਨਾਥ ਟੈਗੋਰ ਅਗਰ ਪੁੱਛਿਆ ਜਾਵੇ ਭਾਰਤ ਦੇ ਵਿੱਚ 1913 ਦੇ ਵਿੱਚ ਕਿਸ ਨੂੰ ਨੋਬਲ ਪ੍ਰਾਈਜ਼ ਮਿਲਿਆ ਸੀ ਤਾਂ ਰਵਿੰਦਰ ਨਾਥ ਟੈਗੋਰ ਨੂੰ ਮਿਲਿਆ ਸੀ ਉਸ ਤੋਂ ਬਾਅਦ ਅਗਰ ਹੋਰ ਗੱਲ ਕਰੀਏ ਇੰਡੀਅਨਸ ਦੀ ਤਾਂ ਉਹ ਹੈ ਡਾਕਟਰ ਸੀ ਵੀ ਰਮਨ 1930 ਦੇ ਵਿੱਚ ਇਹਨਾਂ ਨੂੰ ਨੋਬਲ ਪ੍ਰਾਈਜ਼ ਮਿਲਿਆ ਸੀ ਤੇ ਡਾਕਟਰ ਹਰਗੋਬਿੰਦ ਖੁਰਾਨਾ 1968 ਦੇ ਵਿੱਚ ਇਹਨਾਂ ਨੂੰ ਜਿਹੜਾ ਕਿ ਨੋਬਲ ਪ੍ਰਾਈਜ਼ ਮਿਲਿਆ ਸੀ ਮਦਰ ਟਰੇਸਾ 1979 ਦੇ ਵਿੱਚ ਇਹਨਾਂ ਨੂੰ ਜਿਹੜਾ ਇਹ ਨੋਬਲ ਪ੍ਰਾਈਜ਼ ਮਿਲਿਆ ਸੀ ਤੇ ਉਸ ਤੋਂ ਬਾਅਦ ਹੈ ਜੀ ਕੈਲਾਸ਼ ਸਤਿਆਰਥੀ ਇਹਨਾਂ ਨੂੰ ਪੀਸ ਦੇ ਲਈ ਮਿਲਿਆ ਸੀ 2014 ਮਲਾਲਾ ਯੂਸਫਜ਼ਾਈ ਤੇ ਇਹਨਾਂ ਨੂੰ ਦੋਨਾਂ ਨੂੰ ਇਕੱਠੇ ਮਿਲਿਆ ਸੀਗਾ ਠੀਕ ਹੈ ਸ਼ਾਂਤੀ ਦੇ ਲਈ ਹਾਂਜੀ ਕਲੀਅਰ ਹੈ ਇਹ ਕੁਝ ਇੰਟਰਸਟਿੰਗ ਫੈਕਟ ਸੀਗੇ ਠੀਕ ਹੈ ਇੰਟਰਸਟਿੰਗ ਫੈਕਟ ਸੀਗੇ ਨੋਬਲ ਪ੍ਰਾਈਜ਼ ਦੇ ਬਾਰੇ ਠੀਕ ਹੈ ਬਹੁਤ ਇੰਪੋਰਟੈਂਟ ਹੈ ਇਥੋਂ ਕੁਐਸਚਨਸ ਆ ਸਕਦੇ ਆ ਆਂਦੇ ਵੀ ਹੈ ਠੀਕ ਹੈ ਇਸ ਕਰਕੇ ਆਪਦੀ ਤਿਆਰੀ ਰੱਖਿਓ ਬਾਕੀ ਜਿਹੜੇ ਨੋਬਲ ਪ੍ਰਾਈਜ਼ ਜੋ ਕਰੰਟ ਦੇ ਵਿੱਚ ਅਗਰ ਤੁਹਾਨੂੰ ਲੱਗਦਾ ਕਿ ਕਿਸੇ ਨੂੰ ਨੋਬਲ ਪ੍ਰਾਈਜ਼ ਮਿਲੇ ਆਕਰ ਉਹ ਕਰੰਟ ਅਫੇਅਰ ਦੇ ਵਿੱਚ ਹੈ ਤਾਂ ਉਹ ਜ਼ਰੂਰ ਤੁਸੀਂ ਕਰਕੇ ਜਾਣੇ ਆ ਕਲੀਅਰ ਹੈ ਜੀ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਤਾਂ ਸੈਸ਼ਨ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਬਹੁਤ ਇੰਟਰਸਟਿੰਗ ਜਿਹੜਾ ਟੌਪਿਕ ਹੈ ਸ਼ੇਅਰ ਜ਼ਰੂਰ ਕਰ ਦਿਓ ਅਗਰ ਪਸੰਦ ਆਇਆ ਤਾਂ ਲਾਈਕ ਵੀ ਕਰ ਦਿਓ ਠੀਕ ਹੈ ਇਹ ਸਾਰੇ ਜਿਹੜੀਆਂ ਚੀਜ਼ਾਂ ਹੈਗੀਆਂ ਤੁਸੀਂ ਯਾਦ ਕਰ ਲਿਓ ਠੀਕ ਹੈ ਅੱਜ ਦਾ ਜਿਹੜਾ ਆਪਣਾ ਇਹ ਨੋਬਲ ਪ੍ਰਾਈਜ਼ ਵਾਲਾ ਟੌਪਿਕ ਹੋਰ ਸਿਰਫ ਇੰਨਾ ਹੀ ਸੀ ਤਾਂ ਇਸੇ ਤਰ੍ਹਾਂ ਦੇ ਛੋਟੇ-ਛੋਟੇ ਪਰ ਵਧੀਆ-ਵਧੀਆ ਜਿਹੜੇ ਟੌਪਿਕ ਜਾਣਨ ਦੇ ਲਈ ਸਾਡੇ ਨਾਲ ਬਨੇ ਰਹੋ ਪੰਜਾਬ ਅੱਡਾ 247 ਤੇ ਜੋ ਤੁਹਾਡੀ ਹਰ ਤਰੀਕੇ ਦੇ ਨਾਲ ਤਿਆਰੀ ਜਿਹੜੀ ਹੈ ਗਵਰਨਮੈਂਟ ਜੌਬ ਲੈਣ ਲਈ ਉਹ ਕਰਵਾ ਰਿਹਾ ਠੀਕ ਹੈ ਅਗਰ ਗਵਰਨਮੈਂਟ ਜੌਬ ਤੁਸੀਂ ਨਹੀਂ ਵੀ ਲੈਣੀ ਤਾਂ ਤਾਂ ਵੀ ਤੁਹਾਡੀ ਨੌਲੇਜ ਨੂੰ ਕੀ ਹੈ ਅਡਾ 24/7 ਵਧਾ ਰਿਹਾ ਕਿਉਂਕਿ ਟੀਚਾ ਕੀ ਹੈ ਟੀਚਾ ਇਹੀ ਹੈ ਕਿ ਕੋਨੇ-ਕੋਨੇ ਦੇ ਵਿੱਚ ਜਿਹੜੀ ਹੈ ਅਡਾ 24/7 ਨੇ ਨੌਲੇਜ ਪਹੁੰਚਾਣੀ ਹੈ ਠੀਕ ਹੈ ਜੀ ਤਾਂ ਇੰਨਾ ਹੀ ਕਹਿੰਦਾ ਹੋਇਆ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਤੇ ਸਾਰਿਆਂ ਨੂੰ ਪਿਆਰ ਭਰੀ ਸ਼ਸ਼੍ਰੀਕਾਲ ਓਕੇ ਜੀ ਥੈਂਕ ਯੂ